ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਦੇਸ਼ ਵਿਦੇਸ਼ ਚ ਵੱਸਦੇ ਸਾਰੇ ਵੀਰਾਂ ਨੂੰ ਜੋ ਸਾਡੇ ਵੀਡੀਓਜ਼ ਦੇਖਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁਰੂ ਮਹਾਰਾਜ ਮੇਰ ਕਰੇ ਸਾਰੇ ਚੜ੍ਹਦੀ ਕਲਾ ਸਰੋ ਜੀ ਅ ਜਦੋਂ ਤੋਂ ਗੁਰਕਿਰਪਾ ਨਿਵਾਸ ਤਿੰਨ ਦਾ ਇਨੇਗ੍ਰੇਸ਼ਨ ਕੀਤਾ ਪਿਛਲੇ 3-4 ਦਿਨ ਤੋਂ ਤੇ ਸੋਸ਼ਲ ਮੀਡੀਆ ਤੇ ਟੀਵੀ ਤੇ ਜੋ ਆਪਣੀ ਉਸ ਬਾਰੇ ਜੋ ਰਿਪੋਰਟਸ ਆਈਆਂ ਉਸ ਤੋਂ ਬਾਅਦ ਇੱਕ ਜਿਦਾਂ ਬਾੜ ਆ ਗਈ ਹੁੰਦੀ ਐ ਇਦਾਂ ਨਾਨ-ਸਟਾਪ ਮੈਸੇਜਸ ਪੂਰੇ ਪੰਜਾਬ ਤੋਂ ਆ ਰਹੇ ਆ ਈ ਮੈਂ ਬਿਮਾਰ ਆ ਮਰੀ ਲੱਤ ਖਰਾਬ ਨੇ ਮੇਰੇ ਘਰ ਚ ਲੈਕਚਨ ਬਾਥਰੂਮ ਦੀ ਪ੍ਰੋਬਲਮ ਹੈਗੀ ਹੈ ਅ ਮੇਰਾ ਘਰ ਬਣਵਾ ਦੋ ਮੇਰੀ ਛੱਤਾਂ ਡਿੱਗਣ ਵਾਲੀਆਂ ਨੇ ਜਾਂ ਅ ਹੋਰ ਮਤਲਬ ਇਸ ਟਾਈਪ ਦੀਆਂ ਚੀਜ਼ਾਂ ਕਿ ਮੈਨੂੰ ਘਰ ਦੀ ਪ੍ਰੋਬਲਮ ਹੈ ਘਰ ਬਣਵਾ ਕੇ ਦੋ ਜਾਂ ਅ ਕੋਈ ਫਿਜ਼ੀਕਲ ਪ੍ਰੋਬਲਮ ਕਿ ਮੇਰੇ ਸਰੀਰ ਦੀ ਇਹ ਪ੍ਰੋਬਲਮ ਹੈ ਮੇਰੇ ਬੱਚੇ ਛੋਟੇ ਨੇ ਜਾਂ ਦਿਸਨ ਦਟ ਇਹੋ ਜਿਹੇ ਜੋ ਹੈਲਪ ਵਾਸਤੇ ਕਾਲਸ ਨੇ ਮੈਸੇजेस ਨੇ ਇਹ ਬੇਸ਼ੁਮਾਰ ਬੈਂਥ ਮੈਸੇजेस ਆ ਰਹੇ ਨੇ ਔਰ ਇਸ ਵੀਡੀਓ ਦੇ ਮਾਧਿਅਮ ਰਹੀਂ ਮੈਂ ਸਾਰਨ ਨੂੰ ਇਹ ਗੱਲ ਦੱਸਣਾ ਚਾਹੁੰਗਾ ਇਹ ਬੇਨਤੀ ਕਰਨਾ ਚਾਹੁੰਗਾ ਕਿ ਅਸੀਂ ਅਗਰ 100 ਦੇ ਵਿੱਚੋਂ 99% ਬੰਦਿਆਂ ਦੀ ਮਦਦ ਕਰਦੇ ਹਾਂ ਔਰ ਇੱਕ ਦੀ ਅਗਰ ਮਦਦ ਨਹੀਂ ਕਰਦੇ ਤੇ ਸਾਹਮਣੇ ਵਾਲਾ ਇੱਕ ਮਿੰਟ ਨਹੀਂ ਲਗਾਉਂਦਾ ਕਹਿਣ ਲੱਗਿਆ ਕਿ ਤੂੰ ਤਾਂ ਬਸ ਕਹਿੰਦੇ ਹੋ ਜੀ ਕਰਦੇ ਕੁਝ ਨਹੀਂ ਠੀਕ ਹੈ ਜੀ ਔਰ ਗਾਲੇਵੀ ਹੈ ਕਿ ਜਿਹੜੇ ਵੀਰਾਂ ਤੋਂ ਅਸੀਂ ਹੈਲਪ ਲੈਂਦੇ ਹਾਂ ਸਾਰੇ ਗਲਫ ਕੰਟਰੀਆਂ ਦੇ ਵਿੱਚ ਕੰਮ ਕਰਦੇ ਨੇ 47 48 ਟੈਂਪਰੇਚਰ ਦੇ ਵਿੱਚ ਜੌਬ ਕਰਕੇ ਤੇ ਆਪਣੇ ਪਰਿਵਾਰ ਵਾਸਤੇ ਪੈਸੇ ਕਮਾਉਂਦੇ ਆ ਉਹਦੇ ਵਿੱਚੋਂ ਉਹ ਕੁਛ ਨਾ ਕੁਛ ਦਿਲ ਫੁੱਲ ਕੱਢ ਕੇ ਤੇ ਹੈਲਪ ਕਰਦੇ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਛੋਟਾ ਜਿਹਾ ਗਰੁੱਪ ਛੋਟਾ ਤਾਂ ਨਹੀਂ ਹੈ ਚਲੋ ਜਿੰਨਾ ਵੀ ਹੈ ਲੇਕਿਨ ਇੰਨਾ ਵੱਡਾ ਗਰੁੱਪ ਨਹੀਂ ਹੈ ਇਹ ਪੂਰੇ ਪੰਜਾਬ ਦੀਆਂ ਪੂਰੇ ਇੰਡੀਆ ਦੀਆਂ ਕੋਲ ਆਣ ਤੇ ਹਰ ਬੰਦੇ ਨੂੰ ਅਸੀਂ ਘਰ ਬਣਵਾ ਕੇ ਦੇ ਦਈਏ ਹਰ ਬੰਦੇ ਦੀ ਜੋ ਸਰੀਰਕ ਸਮੱਸਿਆ ਹੈ ਉਹਦਾ ਹੱਲ ਕਰਦੀ ਹੈ ਹਰ ਬੰਦੇ ਦਾ ਆਪਰੇਸ਼ਨ ਕਰਵਾ ਦਈਏ ਹਰ ਬੰਦੇ ਨੂੰ ਲੈਟ੍ਰੀਨ ਬਾਥਰੂਮ ਬਰਾਂਡਾ ਕਿਚਨ ਜੋ ਵੀ ਹੈ ਉਹ ਬਣਵਾ ਕੇ ਦੇ ਸਕੀਏ ਇਹ ਪੋਸੀਬਲ ਨਹੀਂ ਹੈ ਜਿਸ ਤਰ੍ਹਾਂ ਕਿ ਇੱਕ ਆਮ ਕਹਾਵਤ ਹੈ ਕਿ ਜੇ ਸਾਸ ਜਿਹੜੀ ਹੈ ਉਹ ਆਪਣੀ ਨੂੰ 99 ਦਿਨ 99 ਡੇਜ਼ ਠੀਕ ਹੈ ਕਿ ਗੱਲ ਕਰੇ ਇਹ ਬਹੁਤ ਵਧੀਆ ਹੈ ਤੇ ਜਿਸ ਦਿਨ ਉਹ ਤੀ ਸਮਝ ਕੇ ਥੋੜਾ ਜਿਹਾ ਛਿੜਕ ਦੇ ਤੇ ਉਹ ਮਿੰਟਚੀ ਸੱਸ ਹੋ ਜਾਂਦੀ ਹੈ ਠੀਕ ਹੈ ਨਾ ਸੋ ਉਹੀ ਕਹਾਣੀ ਇੱਥੇ ਵੀ ਹੈ ਕਿ ਅਸੀਂ ਬੇਸ਼ੱਕ 99 ਲੋਕਾਂ ਦੀ ਮਦਦ ਕੀਤੀ ਹੋएगी ਲੇਕਿਨ ਜਿੰਨੂੰ ਅਸੀਂ ਮਨਾ ਕਰਦੇ ਹਾਂ ਅਗਲਾ ਇਹੀ ਸੋਚਦਾ ਕਿ ਇਹ ਸਿਰਫ ਕਹਿੰਦੇ ਨੇ ਕਰਦੇ ਨਹੀਂ ਬਟ ਗੱਲ ਇਹ ਹੈ ਕਿ ਜਿਹੜੀ ਮਦਦ ਕਰਨ ਵਾਲੇ ਲੋਕ ਨੇ ਉਹ ਮੁਠੀ ਭਰ ਨੇ ਉਹ ਥੋੜੇ ਜਿਨੇ ਤੇ ਮਦਦ ਲੈਣੇ ਵਾਲੇ ਬੇਸ਼ੁਮਾਰ ਨੇ ਠੀਕ ਹੈ ਜੀ ਤੇ ਮੈਂ ਡੇਲੀ ਜਦੋਂ ਮੈਸੇਜ ਆਉਂਦੇ ਨੇ ਉਹਨਾਂ ਨੂੰ ਮੈਸੇਜ ਦਾ ਜਵਾਬ ਦਿੰਦੇ ਹਾਂ ਬਹੁਤ ਮਨ ਦੁਖੀ ਹੁੰਦਾ ਹੈ ਕਿ ਕਿਹੜੇ ਮੂਹ ਨਾਲ ਜਾਂ ਕਿਸ ਤਰੀਕੇ ਨਾਲ ਮਨਾ ਕੀਤਾ ਜਾਏ ਕਿ ਅਸੀਂ ਹਰ ਬੰਦੇ ਦੀ ਹੈਲਪ ਨਹੀਂ ਕਰ ਸਕਦੇ ਉਹ ਜੋ ਕਿ ਪੋਸੀਬਲ ਵੀ ਨਹੀਂ ਹੈ। ਔਰ ਕਈ ਤਾਂ ਠੀਕ-ਠਾਕ ਪਰਿਵਾਰਾਂ ਤੋਂ ਨੇ ਫਿਰ ਵੀ ਹੈਲਪ ਮੰਗਦੇ ਨੇ ਕਈਆਂ ਦੀ ਵਾਕੀ ਜਨੂਨ ਪ੍ਰੋਬਲਮ ਹੈ ਤਾਂ ਕਰਕੇ ਹੈਲਪ ਮੰਗਦੇ ਨੇ ਬਟ ਇਹ ਗੱਲ ਇੰਨੀ ਕਿ ਜਨੂਨ ਹੈ ਕਿ ਇੰਨੀ ਦੁਨੀਆ ਚੋਂ ਜਿੰਨੇ ਵੀ ਸਾਡੇ ਵੀਰ ਭਰਾਣਾ ਹੈ ਉਹ ਅਸੀਂ ਸਾਰਿਆਂ ਦੀ ਤਾਂ ਮਦਦ ਨਹੀਂ ਕਰ ਸਕਦੇ। ਔਰ ਗੁਰਕਿਰਪਾ ਨਿਵਾਸ ਤਿੰਨ ਤੋਂ ਬਾਅਦ ਜੋ ਅਸੀਂ ਪ੍ਰੋਜੈਕਟ ਫਾਈਨਲ ਕਰਨਾ ਹੈ ਕਿਉਂਕਿ ਗੁਰਕਿਰਪਾ ਨਿਵਾਸ ਤਿੰਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਔਰ ਟੀਵੀ ਤੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਲੋਕਾਂ ਨੇ ਕੰਟੈਕਟ ਕੀਤਾ ਲੇਕਿਨ ਉਹਨਾਂ ਨੂੰ ਇਹ ਜ਼ਰੂਰ ਸਮਝ ਹੋਣੀ ਚਾਹੀਦੀ ਹੈ ਕਿ ਇਹ ਕਾਫੀ ਲੰਬੇ ਟਾਈਮ ਤੋਂ ਕੰਮ ਕਰਦੇ ਨੇ ਤੇ ਇਹਨਾਂ ਨੇ ਜੋ ਪਹਿਲਾਂ ਹੱਥ ਦੇ ਵਿੱਚ ਕੰਮ ਪਕੜੇ ਨੇ ਉਹ ਇਹਨਾਂ ਨੇ ਪਹਿਲਾਂ ਪੂਰੇ ਕਰਨੇ ਆ ਠੀਕ ਹੈ ਨਾ ਜੀ ਤੇ ਕਈ ਲੋਕ ਕਹਿੰਦੇ ਨੇ ਕੋਈ ਗੱਲ ਨਹੀਂ ਤੁਸੀਂ ਉਹ ਪੂਰੇ ਕਰ ਲਿਓ ਕਿਉਂਕਿ ਬਹੁਤ ਲੰਬੀ ਲਾਈਨ ਹੈ ਉਹ ਲਾਈਨ ਤਾਂ ਸਾਡੀ ਜ਼ਿੰਦਗੀ 'ਚ ਤਾਂ ਮੁੱਕਣੀ ਨਹੀਂ ਕਦੇ ਕਿਉਂਕਿ ਜਿੰਨੀ ਕੋ ਲੈਂਡ ਮੁਕਣੀ ਹੈ ਉਹਦੇ ਨਾਲੋਂ 5 10 ਲੈਂਡ ਹੋਰ ਨਾਲ ਲੱਗ ਜਾਂਦੀ ਹੈ ਸੋ ਇਹ ਜਨੂਨ ਪ੍ਰੋਬਲਮ ਹੈ ਸੋ ਇਸ ਕਰਕੇ ਜਿਹੜੇ ਸਾਡੇ ਗਲਫ ਵਾਲੇ ਵੀਰ ਨੇ ਉਹਨਾਂ ਤੋਂ ਅਸੀਂ ਬਾਰ-ਬਾਰ ਪੈਸੇ ਮੰਗਦੇ ਚੰਗੇ ਨਹੀਂ ਲੱਗਦੇ ਅਸੀਂ ਜਦੋਂ ਜਿਹੜਾ ਇੱਕ ਕੰਮ ਅਸੀਂ ਮਿੱਥਦੇ ਆ ਇੱਕ ਕੰਮ ਨੂੰ ਅਸੀਂ ਖਤਮ ਕਰਦੇ ਆ ਕੱਲ ਮੇਰੀ ਕਿਸ ਨਾਲ ਗੱਲ ਹੋ ਰਹੀ ਸੀ ਕਿ ਅੰਦਾਜ਼ੀ ਤੁਸੀਂ ਮਕਾਨ ਦੇ ਉੱਪਰ ਇੰਨੇ ਪੈਸੇ ਲਗਾ ਦਿੱਤੇ ਇਹ ਇਹਦੇ ਵਿੱਚ ਤੁਸੀਂ ਕਈ ਮਕਾਨਾਂ ਦਾ ਕੰਮ ਕਰ ਸਕਦੇ ਸੀ ਲੇਕਿਨ ਅਗਰ ਅਸੀਂ ਕਈ ਮਕਾਨਾਂ ਦਾ ਉਸ ਪੈਸੇ ਨਾਲ ਕੰਮ ਕਰਦੇ ਤੇ ਉਹ ਕੋਈ ਵੀ ਜਿਹੜਾ ਮਕਾਨ ਸੀਗਾ ਉਹ ਕੰਪਲੀਟ ਨਹੀਂ ਹੋਣਾ ਇਨਕੰਪਲੀਟ ਹੋਣੀ ਸੀ ਹੁਣ ਮੰਨ ਲਓ ਕਿ ਇਹਨਾਂ ਨੂੰ ਸੋਗ ਜਿਹੜਾ ਅਸੀਂ ਗੁਰਕਿਰਪਾ ਨੂੰ ਆਸਤੇ ਇਹਦੇ ਵਿੱਚ ਜਿਹੜਾ ਮਕਾਨ ਬਣਾ ਕੇ ਦਿੱਤਾ ਅਗਰ ਉਹਦਾ ਸਿਰਫ ਅਸੀਂ ਦੋ ਕਮਰੇ ਬਣਾ ਦਿੰਦੇ ਉਹਨਾਂ ਨੂੰ ਟਾਇਲਟ ਨਾ ਬਣਾ ਕੇ ਦਿੰਦੇ, ਵਾਸ਼ਰੂਮ ਨਾ ਬਣਾ ਕੇ ਦਿੰਦੇ, ਉਹਨਾਂ ਨੂੰ ਕਿਚਨ ਨਾ ਬਣਾ ਕੇ ਦਿੰਦੇ, ਬਰਾਂਡਾ ਨਾ ਬਣਾ ਕੇ ਦਿੰਦੇ। ਉਹਨਾਂ ਦੀ ਰੋਜ਼ੀ-ਰੋਟੀ ਦਾ ਸਾਧਨ ਜਿੱਦਾਂ ਦੁਕਾਨ ਬਣਾ ਕੇ ਦਿੱਤੀ ਹੈ, ਉਹ ਨਾ ਬਣਾ ਕੇ ਦਿੰਦੇ। ਜਿੱਦਾਂ ਉਹ ਤੁਰਨੇ ਫਿਰਨੇ ਤੋਂ ਪਰੇਸ਼ਾਨ ਨੇ, ਦੋਨੋਂ ਨੂੰ ਪੋਲੀਓ ਹੈ Lata ਨੂੰ ਚੱਲ ਫੇਰ ਨਹੀਂ ਸਕਦੇ। ਅਗਰ ਉਹਨਾਂ ਦਾ ਜਿਹੜਾ ਵਿੜਾ ਹੈ ਉਹ ਅਸੀਂ ਕੱਚਾ ਛੱਡ ਦਿੰਦੇ। ਤੇ ਕੱਚਾ ਅਗਰ ਵਿੜਾ ਛੱਡਦੇ ਆਂ ਤੇ ਉਹ ਹੱਥਾਂ ਨਾਲ ਚੱਲਦੇ ਨਾ ਤੇ ਹੱਥ ਉਹਨਾਂ ਦੇ ਸਾਰਾ ਦਿਨ ਗਾਰੇ ਚ ਲਿਬੜੇ ਨੇ ਤੇ ਫਿਰ ਸਾਡਾ ਸੇਵਾ ਕਰਨ ਦਾ ਫਾਇਦਾ ਕੀ ਹੈ? ਸੋ ਜੇ ਕਿਸ ਦੀ ਮਦਦ ਕਰਨੀ ਹੈ ਫਿਰ ਬੰਦਾ ਠੀਕ-ਠਾਕ ਕਰੇ ਤਾਂ ਕਿ ਉਹਦੀ ਜ਼ਿੰਦਗੀ ਥੋੜੀ ਸੋਖੀ ਹੋਵੇ ਜੇ ਉਹਨੂੰ ਫਿਰ ਅਸੀਂ ਤੰਗੀ ਪਰੇਸ਼ਾਨੀ ਦੇ ਵਿੱਚ ਹੀ ਛੱਡ ਦੇਣਾ ਫਿਰ ਉਹਦਾ ਫਾਇਦਾ ਵੀ ਕੀ ਹੈ ਸੋ ਉਮੀਦ ਹੈ ਇਹ ਗੱਲ ਨੂੰ ਸਾਰੇ ਵੀਰ ਸਮਝਣਗੇ ਜਿਹੜੇ ਵੀ ਸਾਡੇ ਵੀਡੀਓ ਦੇਖਦੇ ਨੇ ਉਹ ਸਾਰਿਆਂ ਤੱਕ ਇਹ ਮੈਸੇਜ ਪਹੁੰਚੇਗਾ ਕਿ ਅਸੀਂ ਸਭ ਦੀ ਮਦਦ ਨਹੀਂ ਕਰ ਸਕਦੇ ਹੱਥ ਜੋੜ ਕੇ ਬੇਨਤੀ ਹੈ ਮਾਫੀ ਚਾਹੁੰਦੇ ਆ ਇੱਕ ਮੈਂ ਛੋਟਾ ਜਿਹਾ ਐਗਜ਼ਾਮਪਲ ਤੁਹਾਡ ਨਾਲ ਸ਼ੇਅਰ ਕਰ ਦਿੰਨਾ ਅ ਅਨਮੋਲ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਹੈ ਅਨਮੋਲ ਕੁਆਤਰਾ ਜਿਹੜਾ ਸਾਡਾ ਵੀਰ ਹੈ ਔਰ ਮੈਂ ਕਈ ਵਾਰ ਆਪਣੇ ਵੀਡੀਓਜ਼ ਕਿਹਾ ਵੀ ਹੈ ਕਿ ਅਗਰ ਮਤਲਬ ਮੈਂ ਇੰਡੀਆ ਹੀ ਰਹਿੰਦਾ ਤੇ ਸ਼ਾਇਦ ਮੈਂ ਉਹੀ ਕੰਮ ਕਰਦਾ ਜੋ ਅੱਜ ਦੀ ਰੇਟਸ ਅਨਮੋਲ ਕਰਦਾ ਔਰ ਉਸ ਤੋਂ ਕਿਤੇ ਲਾਰਜ ਸਕੇਲ ਤੇ ਕਰਦਾ ਔਰ ਬਹੁਤ ਪਹਿਲਾਂ ਤੋਂ ਕਰਦਾ ਲੇਕਿਨ ਚਲੋ ਠੀਕ ਹੈ ਜੋ ਪਰਮਾਤਮਾ ਨੇ ਜਿੱਥੇ ਜਿੰਨੂੰ ਰੱਖਿਆ ਜਿੱਦੇ ਜਿੱਥੇ ਡਿਊਟੀ ਲਗਾਈ ਹੈ ਅਨਮੋਲ ਨਾਲ ਇੱਕਦਮ ਮੇਰੀ ਗੱਲ ਔਰ ਜੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਲੋਕ ਵੱਡੀਆਂ ਵੱਡੀਆਂ ਗੱਡੀਆਂ ਚਾਹੁੰਦੇ ਆ ਗੱਡੀ ਉਹ ਪਰਾਂਜੀ ਜਾ ਕੇ پارک ਕਰਕੇ ਤੇ ਫਿਰ ਗਰੀਬਾਂ ਵਾਲਾ ਮੂੰਹ ਬਣਾ ਕੇ ਆ ਜਾਂਦੇ ਆ ਕਿ ਜੀ ਸਾਡੀ ਹੈਲਪ ਕਰ ਦੋ ਮਤਲਬ ਠੀਕ ਠਾਕ ਕਰਾਂ ਤੋਂ ਲੋਕ ਵੀ ਇਹ ਚਾਹੁੰਦੇ ਨੇ ਕਿ ਬਸ ਉਹਨਾਂ ਨੂੰ ਫ੍ਰੀ ਦੇ ਵਿੱਚ ਸਾਰੀ ਹੈਲਪ ਕਰ ਦਿੱਤੀ ਜਾਏ ਔਰ ਗੱਡੀਆਂ ਚਾਹੁੰਦੇ ਨੇ ਘਰ ਆ ਦੋ ਤੇ ਗੱਡੀ ਕਿਤੇ ਦੂਰ ਜੀ ਜਾ ਕੇ پارک ਕਰਕੇ ਆ ਜਾਣਗੇ ਤੇ ਫਿਰ ਆ ਜਾਣਗੇ ਕਿ ਸਾਡੀ ਹੈਲਪ ਕਰੋ ਸੋ ਇਦਾਂ ਨਹੀਂ ਹੈ ਠੀਕ ਹੈ ਨਾ ਜਿਹੜਾ ਬੰਦਾ ਵਾਕੀ ਜਰੂਰਤਮੰਦ ਹੈ ਉਹਦੀ ਹੈਲਪ ਕਰਨੀ ਬਣਦੀ ਹੈ ਲੇਕਿਨ ਅੱਜ ਦੀ ਡੇਟ 'ਚ ਹਾਲਾਤ ਇੰਨੇ ਬੁਰੇ ਨੇ ਕਿ ਸਾਰਿਆਂ ਦਾ ਹੀ ਬੁਰਾ ਹਾਲ ਹੈ ਠੀਕ ਹੈ ਜੀ ਰੀਸੈਂਟਲੀ ਹੁਣ ਜਦੋਂ ਸਾਡੇ ਗਰੁੱਪ ਮੈਂਬਰਸ ਪੰਜਾਬ ਜਾ ਕੇ ਆਏ ਨੇ ਉੱਥੇ ਦੇ ਪਿੰਡਾਂ ਦਾ ਹਾਲ ਦੇਖ ਕੇ ਬੜਾ ਹੈਰਾਨ ਹੋਈ ਅਸੀਂ ਕਿ ਇੰਨਾ ਕੁ ਬੁਰਾ ਹਾਲ ਹੈ ਇਹ ਸਿਰਫ ਤੇ ਗਾਣਿਆਂ ਗੋਣਿਆਂ ਤੱਕ ਹੀ ਰਹਿ ਗਏ ਨੇ ਬਹੁਤ ਚਮਚਮਾਂਦੇ ਪਿੰਡ ਤੇ ਸਾਰਾ ਕੁਝ ਐਕਚੁਅਲ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਇੰਨੇ ਜਿਆਦਾ ਸੋਹਣੇ ਨਹੀਂ ਹੈ ਠੀਕ ਹੈ ਜੀ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਪੂਰੇ ਪੰਜਾਬ ਤੋਂ ਮੈਸੇਜ ਕਰ ਰਹੇ ਨੇ ਲੋਕ ਉਹਨਾਂ ਨੂੰ ਸਿਰਫ ਇਹੀ ਬੇਨਤੀ ਹੈ ਕਿ ਅਸੀਂ ਆਲਰੇਡੀ ਕੋਈ ਪ੍ਰੋਗਰਾਮ ਅਸੀਂ ਮਿਥਿਆ ਹੋਇਆ ਆ ਔਰ ਉਹ ਅਸੀਂ ਉਹਦੇ ਵਾਸਤੇ ਕਲੈਕਸ਼ਨ ਕਰਨੀ ਹੈ ਦੁਬਾਰਾ ਔਰ ਅਸੀਂ ਉਹ ਕੰਮ ਕਰਨਾ ਹਰ ਇੱਕ ਬੰਦੇ ਦੀ ਅਸੀਂ ਮਦਦ ਨਹੀਂ ਕਰ ਸਕਦੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਕੋਈ ਰੋਗੀ ਹੈ ਜਾਂ ਕਿਸੇ ਦੇ ਘਰ ਦੀ ਪ੍ਰੋਬਲਮ ਹਰ ਬੰਦੇ ਦੀ ਪ੍ਰੋਬਲਮ ਅਸੀਂ ਸੋਲਵ ਨਹੀਂ ਕਰ ਸਕਦੇ ਜਿਹੜੇ ਲੋਕੀ ਕਰੋਨਾ ਦੇ ਡੱਡੇ ਘਪਲੇ ਕਰਦੇ ਆ ਜਿਹੜੇ ਜਿਨ੍ਹਾਂ ਕੋਲ ਸਰਕਾਰ ਨੇ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਤੇ ਅਸੀਂ ਕੱਲੇ ਜਿਹੜੇ ਆ ਥੋੜੇ ਜੇ ਕੋਈ 2-4000 ਮੁੰਡੇ ਜਿਹੜੇ ਆ ਉਹ ਕੁਝ ਨਹੀਂ ਕਰ ਸਕਦੇ ਜਿੰਨਾ ਕ ਅਸੀਂ ਕਰ ਸਕਦੇ ਆ ਉਹਦੇ ਨਾਲੋਂ ਕਿਤੇ ਅਸੀਂ ਜ਼ਿਆਦਾ ਆਲਰੇਡੀ ਕਰ ਰਹੇ ਆ ਸੋ ਜਿਹੜੇ ਵੀ ਵੀਰ ਮੈਸੇਜ ਕਰ ਰਹੇ ਨੇ ਜਿਹੜੀਆਂ ਮਾਵਾ ਪੈਣਾ ਧੀਆ ਜਿਹੜੀਆਂ ਮੈਸੇਜ ਕਰ ਰਹੀਆਂ ਨੇ ਕਾਲ ਕਰ ਰਹੀਆਂ ਮੈਸੇਜ ਕਰ ਰਹੀਆਂ ਨੇ ਉਹ ਸਾਰੇ ਨੂੰ ਹੱਥ ਜੋੜ ਕੇ ਮੈਂ ਮਾਫੀ ਚਾਹੁੰਨਾ ਹਰ ਬੰਦੇ ਦੀ ਜਿਹੜੀ ਹੈ ਮਦਦ ਕਰਨੀ ਪੋਸੀਬਲ ਨਹੀਂ ਹੈ ਜਦੋਂ 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 ਜਦਾਂ ਪਰਮਾਤਮਾ ਨੇ ਬੇਉਂਤ ਬਣਾਈ ਹੈ ਜਿੱਦਾਂ 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 ਨੰਬਰ ਆਏਗਾ ਔਰ ਜਿਸ ਤਰ੍ਹਾਂ ਸੀ ਜੋ ਕਰ ਸਕਦੇ ਹੋਵਾਂਗੇ ਉਹ ਜ਼ਰੂਰ ਕਰਾਂਗੇ ਬਟ ਇੱਕੋ ਵਾਰ ਹੀ ਅਗਰ ਤੁਸੀਂ ਦੇਖੋਗੇ 100 ਕੋਲ ਆ ਜਾਣ ਲੋਕੀ ਕਰਨ ਸਾਨੂੰ ਘਰ ਬਣਾ ਕੇ ਦੇ ਦੋ 100 ਬੰਦੇ ਨੂੰ ਘਰ ਬਣਾ ਕੇ ਕਿੱਥੇ ਦੇਣਾ ਪੋਸੀਬਲ ਨਹੀਂ ਹੈ ਠੀਕ ਹੈ ਨਾ ਜੀ ਸੋ ਇਹ ਵੀਡੀਓ ਬਸ ਇਸੇ ਚੀਜ਼ ਲਈ ਸੀਗਾ ਸੋ ਜਿਹੜੇ ਵੀ ਵੀਰਾਂ ਨੇ ਸਾਨੂੰ ਭਣਾ ਨੇ ਕੰਟੈਕਟ ਕੀਤਾ ਔਰ ਜਿਨ੍ਹਾਂ ਦੀ ਅਸੀਂ ਮਦਦ ਨਹੀਂ ਕਰ 파 ਰਹੇ ਉਨਨੋਸਾਰ ਨੂੰ ਮੈਂ ਆਪਣੀ ਤਰਫੋਂ ਹੱਥ ਜੋੜ ਕੇ ਮਾਫੀ ਮੰਗਦਾ ਮਹਾਰਾਜ ਪ੍ਰਮਾਤਮਾ ਮੇਰ ਕਰੇ ਆਪ ਸਭ ਨੂੰ ਸੁਦਾਚੇ ਦਿਖਲਾ ਸਕਣ ਜੀ ਵਾਹਿ ਜੀ ਖਾਲਸਾ ਸ਼ਿਵਾ ਜੀ ਕੀ ਫਤਿਹ ਸਤਿ ਸ੍ਰੀ ਅਕਾਲ E aí